ਬੰਗਾ ਤੋਂ ਸ਼੍ਰੀ ਅਨੰਦਪੁਰ ਸਾਹਿਬ ਜਾਣ ਵਾਲੀ ਸੜਕ ਦਾ ਸ਼ਹਿਰ ਗੜਸ਼ੰਕਰ ਵਿਖੇ ਨਿਰਮਾਣ ਕਾਰਜ ਸ਼ੁਰੂ ਹੋ ਚੁੱਕਿਆ ਹੈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਲਵ ਕੁਮਾਰ ਗੋਲਡੀ, ਸਾਬਕਾ ਵਿਧਾਇਕ ਅਤੇ ਜਨਰਲ ਸਕੱਤਰ ਪੰਜਾਬ ਸਰਕਾਰ ਵਿਸ਼ੇਸ਼ ਤੌਰ 'ਤੇ ਪੁੱਜੇ, ਜਿੱਥੇ ਉਹਨਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਬਦੌਲਤ ਇਹ ਕੰਮ ਸ਼ੁਰੂ ਹੋਇਆ ਹੈ। ਇਸ ਮੌਕੇ ਉਹਨਾਂ ਦੱਸਿਆ ਕਿ ਹਲਕਾ ਗੜਸ਼ੰਕਰ ਦੇ ਅਧੀਨ ਗੜਸ਼ੰਕਰ ਤੋਂ ਬੰਗਾ 6 ਕਿਲੋਮੀਟਰ ਲਈ 40 ਲੱਖ ਅਤੇ ਗੜਸ਼ੰਕਰ ਦੇ ਅਧੀਨ ਗੜਸ਼ੰਕਰ ਤੋਂ ਅਨੰਦਪੁਰ ਸਾਹਿਬ 22.40 ਕਿਲੋਮੀਟਰ ਲਈ ਕਰੀਬ 80 ਲੱਖ ਰੁਪਏ ਪੰਜਾਬ ਸਰਕਾਰ ਨੇ ਮਨਜ਼ੂਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਰਹਿੰਦਾ ਹੋਇਆ ਏਰੀਆ 16.77 ਕਿਲੋਮੀਟਰ ਉਹ 20 ਕਰੋੜ ਰੁਪਏ ਦੇ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਅੱਜ ਬੰਗਾ ਤੋਂ ਅਨੰਦਪੁਰ ਸਾਹਿਬ ਜਿਹੜਾ ਸੜਕ ਸੀਗੀ, ਜਿਹੜੀ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਰਹੀ ਹੈ ਔਰ ਕਰੀਬ 2.5-3 ਸਾਲ ਤੋਂ ਇਹਦਾ ਜਿਹੜਾ ਨਿਰਮਾਣ ਕਾਰਜ ਸੀਗਾ ਰੁਕਿਆ ਪਿਆ ਸੀ, ਕਿਉਂਕਿ ਪਹਿਲਾਂ ਵੱਖ ਵੱਖ ਤਰ੍ਹਾਂ ਦੇ ਲਾਰੇ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਬਟ ਹੁਣ ਸਾਡੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਜੀ ਦੇ ਦਖਲ ਦੇ ਨਾਲ, ਕੈਪਟਨ ਅਮਰਿੰਦਰ ਸਿੰਘ ਦੇ ਉੱਦਮ ਸਦਕਾ ਇਹ ਜਿਹੜਾ ਕੰਮ ਨੇਪਰੇ ਚੜ੍ਹਿਆ ਔਰ ਜੇ ਗੜਸ਼ੰਕਰ ਤੋਂ ਬੰਗਾ ਜਿਹੜਾ ਹੈਗਾ ਉਹ 6 ਕਿਲੋਮੀਟਰ ਦਾ ਜਿਹੜਾ ਸਾਡਾ ਗੜਸ਼ੰਕਰ ਦਾ ਏਰੀਆ ਪੈਂਦਾ ਉਹਦੇ ਲਈ 40 ਲੱਖ ਰੁਪਈਆ ਅਤੇ ਗੜਸ਼ੰਕਰ ਤੋਂ ਅਨੰਦਪੁਰ ਸਾਹਿਬ ਜਿਹੜਾ ਹੈਗਾ ਜਿਹੜਾ ਸਾਡਾ ਏਰੀਆ ਗੜਸ਼ੰਕਰ ਦਾ ਪੈਂਦਾ 22.40 ਕਿਲੋਮੀਟਰ ਉਹਦੇ ਲਈ ਕਰੀਬ 80 ਲੱਖ ਰੁਪਈਆ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਉਹ ਮਨਜ਼ੂਰ ਕਰ ਦਿੱਤਾ। ਕੰਮ ਅੱਜ ਸ਼ੁਰੂ ਹੋ ਚੁੱਕਿਆ ਔਰ ਇਸ ਤੋਂ ਇਲਾਵਾ ਜਿਹੜਾ ਬਾਕੀ ਰਹਿੰਦਾ ਅਨੰਦਪੁਰ ਸਾਹਿਬ ਦਾ ਏਰੀਆ ਜਿਹੜਾ ਕਿ 16.77 ਕਿਲੋਮੀਟਰ ਹੈ ਉਹ 20 ਕਰੋੜ ਰੁਪਏ ਦੇ ਨਾਲ ਜਿਹੜਾ ਹੈਗਾ ਉਹ ਸਰਕਾਰ ਬਣਾਉਣ ਜਾ ਰਹੀ ਹੈ। ਇਹਦੇ 'ਚ 356 ਮੀਟਰ ਜਿਹੜਾ ਮਾਈਨਿੰਗ ਦਾ ਏਰੀਆ ਹੈ ਜਿੱਥੇ ਮਤਲਬ ਕ੍ਰੈਸ਼ਰ ਲੱਗੇ ਹੋਏ ਆ ਉਹ ਏਰੀਆ 356 ਮੀਟਰ ਜਿਹੜਾ ਹੈਗਾ ਉਹਨੂੰ ਸਰਕਾਰ ਜਿਹੜੀ ਹੈ ਕੰਕਰੀਟ ਦਾ ਬਣਾ ਕੇ ਲੋਕਾਂ ਦੇ ਸਪੁਰਦ ਕਰਨ ਲੱਗੀ ਹੈ ਔਰ ਹੋਲੇ ਮਹੱਲੇ ਤੱਕ ਸਾਡੀ ਇਹ ਕੋਸ਼ਿਸ਼ ਹੈ ਕਿ ਇਹਨੂੰ ਸਾਵੀਂ ਸੜਕ ਬਣਾ ਕੇ ਜਿਹੜੀ ਹੈ ਅਸੀਂ ਚਾਲੂ ਕਰ ਦਈਏ ਅਤੇ ਗਰਮੀਆਂ ਆਉਣ 'ਤੇ ਮਾਰਚ ਅਪ੍ਰੈਲ 'ਚ ਜਿਹੜਾ ਇਹਦੇ ਉੱਪਰ ਲੁੱਕ ਦਾ ਜਿਹੜਾ ਕੋਟ ਪਾ ਕੇ ਇਹਨੂੰ ਲੋਕਾਂ ਦੇ ਸਪੁਰਦ ਕਰ ਦਈਏ ਔਰ ਇਹ ਜਿਹੜੀ ਸਾਰਾ ਕੁਛ ਹੈ ਇਹ ਸਾਡੀ ਇਹ ਕੋਸ਼ਿਸ਼ ਹੈ। ਇਸ ਤੋਂ ਇਲਾਵਾ ਬਿਸਤ ਦੁਆਬ ਨਹਿਰ ਦੇ ਉੱਪਰ ਕਰੀਬ 17 ਲਾਂਘੇ ਸੀਗੇ ਸਾਡੇ ਜਿਹੜੇ ਕਾਫੀ ਖਸਤਾ ਹਾਲਤ ਸੀਗੇ ਔਰ ਪੁਰਾਣੇ ਹੋ ਚੁੱਕੇ ਸੀਗੇ ਔਰ ਛੋਟੇ ਸੀਗੇ ਲਾਂਘੇ, ਉਹਦੇ ਉੱਪਰੋਂ ਕੰਬਾਈਨਾਂ ਜਾਂ ਬਾਕੀ ਚੀਜ਼ਾਂ ਜਿਹੜੀਆਂ ਉਹ ਨਹੀਂ ਲੰਘ ਸਕਦੀਆਂ ਸੀ ਅਤੇ ਉਹਦੇ ਲਈ ਵੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਹੈ 17 ਦੇ 17 ਲਾਂਘੇ ਜਿਹੜੇ ਹੈ ਉਹ 3.25 ਕਰੋੜ ਰੁਪਏ ਦੇ ਨਾਲ ਉਹਨਾਂ ਨੇ ਮਨਜ਼ੂਰ ਕੀਤੇ ਆ ਔਰ ਕੁਛ ਉਹਨਾਂ 'ਚੋਂ 4-5 ਜਿਹੜੇ ਆ ਬਣਨੇ ਸ਼ੁਰੂ ਹੋ ਗਏ ਆ, ਬਾਕੀ ਜਿਹੜੇ ਰਹਿੰਦੇ ਹੈਗੇ ਆ ਉਹ ਵੀ ਛੇਤੀ ਦੇ ਨਾਲ ਅਸੀਂ ਬਣਾ ਕੇ ਲੋਕਾਂ ਨੂੰ ਦੇਵਾਂਗੇ। ਇਸ ਤੋਂ ਇਲਾਵਾ 9 ਕਰੋੜ ਰੁਪਈਆ ਜਿਹੜਾ ਹੈਗਾ ਉਹ ਮੰਡੀਆਂ ਦੇ ਰੱਖ ਰਖਾਓ ਵਾਸਤੇ ਗੜਸ਼ੰਕਰ ਦੀਆਂ ਵਾਸਤੇ ਆਇਆ, 1 ਕਰੋੜ ਰੁਪਈਆ ਜਿਹੜੀ ਸਾਡੀ 2 ਜਗ੍ਹਾ ITI ਜਿਹੜੀ ਹੈ ਗੜਸ਼ੰਕਰ ਦੀ ਉਹ ਚੱਲਦੀ ਸੀ 1 ਕਰੋੜ ਰੁਪਈਆ ਉਹਦੇ ਵਾਸਤੇ ਜ਼ਰੂਰਤ ਸੀਗੀ ਕਿ ਉਹ ਆਪਣੇ ਇਬਰਾਹਿਮਪੁਰ ਅਸੀਂ ਬਗਵਾਈ ਜਿਹੜੀ ਹੈਗੀ ਆ ਉਹਨੂੰ ਵਿਸ਼ਵਕਰਮਾ ਮੰਦਿਰ ਤੋਂ ਸ਼ਿਫਟ ਕਰਕੇ ਉੱਥੇ ਲੈ ਕੇ ਜਾ ਸਕੀਏ, ਉਹ 1 ਕਰੋੜ ਰੁਪਈਆ ਵੀ ਸਰਕਾਰ ਨੇ ਜਿਹੜਾ ਹੈ ਦੇ ਦਿੱਤਾ ਹੈਗਾ ਅਤੇ ਇਸ ਤੋਂ ਇਲਾਵਾ ਪੰਚਾਇਤਾਂ ਨੂੰ ਹੋਰ ਗਰਾਂਟਾਂ ਅਤੇ ਇਸ ਤੋਂ ਇਲਾਵਾ ਹੋਰ ਜਿਹੜੇ ਕਈ ਕੰਮ ਹੈਗੇ ਆ ਔਰ ਸਾਡੀ ਇਹ ਕੋਸ਼ਿਸ਼ ਹੋਏਗੀ ਕਿ ਆਉਣ ਵਾਲੇ ਸਮੇਂ 'ਚ ਮੁੱਖ ਮੰਤਰੀ ਸਾਹਿਬ ਸਾਡੇ ਗੜਸ਼ੰਕਰ ਜਿੱਥੇ ਆਉਣ ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਣਾ ਕੇ ਲੋਕਾਂ ਦੇ ਸਪੋਰਟ। ਸਰ, ਇੱਕ ਡਿਗਰੀ ਕਾਲਜ ਤੁਸੀਂ ਮਨਜ਼ੂਰ ਕਰਵਾਇਆ ਹੋਇਆ, ਉਹ ਕਦੋਂ ਤੱਕ ਕੀ ਪ੍ਰੋਸੈਸ ਚੱਲਦਾ ਪਿਆ ਜੀ ਉਹਦਾ? ਸਰਕਾਰ ਨੇ ਜਿਹੜਾ ਹੈਗਾ ਡਿਗਰੀ ਕਾਲਜ ਇੱਕ ਗੜਸ਼ੰਕਰ ਨੂੰ ਦਿੱਤਾ ਹੈ, ਉਹਦੇ 'ਚ ਅਸੀਂ 2 ਜਾਂ 3 ਪਿੰਡਾਂ ਤੋਂ ਜ਼ਮੀਨ ਦੀ ਜਿਹੜੀ ਹੈਗੀ ਹੈ ਮੰਗ ਕੀਤੀ ਹੈ। ਉਹਦੇ 'ਚ ਜਿਹੜੀ ਵੀ ਸਾਰੇ ਕਾਗਜ਼ ਅਸੀਂ ਜਿਹੜੇ ਆ ਲਾ ਕੇ ਉਹ ਪੰਜਾਬ ਸਰਕਾਰ ਨੂੰ ਦੇਤੇ ਹੈ ਔਰ ਉਹਦੇ 'ਚ ਅਸੀਂ ਸਾਡੀ ਇਹ ਕੋਸ਼ਿਸ਼ ਹੈ ਕਿ ਛੇਤੀ ਉਹ ਟੀਮ ਆ ਕੇ ਉਹ ਜਗ੍ਹਾ ਸਿਲੈਕਟ ਕਰ ਲਵੇ ਤਾਂ ਕਿ ਅਸੀਂ ਉਹ ਜਿਹੜਾ ਹੈਗਾ ਡਿਗਰੀ ਕਾਲਜ ਜਿਹੜਾ ਹੈਗਾ ਉਹ ਲੋਕਾਂ ਨੂੰ, ਕਿਉਂਕਿ ਗੜਸ਼ੰਕਰ 'ਚ ਕੋਈ ਵੀ ਸਰਕਾਰੀ ਕਾਲਜ ਨਹੀਂ ਹੈ, 40 ਕਿਲੋਮੀਟਰ 'ਤੇ ਜਾ ਕੇ ਇੱਕ ਸਰਕਾਰੀ ਕਾਲਜ ਜਿਹੜਾ ਹੈ ਉਹ ਸਾਡੇ ਜ਼ਿਲ੍ਹੇ 'ਚ ਹੁਸ਼ਿਆਰਪੁਰ ਪੈਂਦਾ ਜਿੱਥੇ ਕਿ ਲੋਕਾਂ ਨੂੰ ਆਉਣਾ ਜਾਣਾ ਮੁਸ਼ਕਲ ਹੈਗਾ ਅਤੇ ਉਹ ਡਿਗਰੀ ਕਾਲਜ ਵੀ ਅਸੀਂ ਕੋਸ਼ਿਸ਼ 'ਚ ਹੈ ਵੀ ਜਲਦੀ ਤੋਂ ਜਲਦੀ ਜਿਹੜਾ ਹੈਗਾ ਉਹ ਬਣਾ ਕੇ ਲੋਕਾਂ ਨੂੰ ਦਿੱਤਾ ਜਾ ਸਕੇ। ਹੁਸ਼ਿਆਰਪੁਰ ਤੋਂ ਦਲਜੀਤ ਅਜਨੋਹਾ ਦੀ ਰਿਪੋਰਟ।